ਰਬ ਚ ਸਾਡੇ ਕਾਨੂੰਨ ਚ ਫਰਕ ਹੈ। ਸੁਣ ਸੋ, ਅਰਬ ਚ ਜਿਸ ਬੀਬੀ ਦੀ ਸ਼ਾਦੀ ਹੋਵੇ ਆ ਨਾ, ਆ ਸਾਡੇ ਪਾਸੇ ਕਹਿ ਜੀ ਦੀ ਡੋਲੀ ਦਿਓ, ਤਰੀ ਦੀ ਵਾਰ ਪੇਕ ਕੇ ਲਵਣ ਮਹੀਨੇ ਜੀ ਜੀ ਠੀਕ ਹੈ। ਅਰਬ ਦਾ ਇਹ ਕਾਨੂੰਨ ਨਹੀਂ, ਅਰਬ ਵਿੱਚ ਧੀ ਦੀ ਸ਼ਾਦੀ ਤੋਂ ਬਾਅਦ ਉਹਨੂੰ ਮਾਂ ਮਿਲਣ ਵੈਂਦੀ ਹੈ, ਜਿਹਨੂੰ ਸਮਝ ਆ ਗਈ ਉਹਦੀ ਹੁਣੇ ਹੰਝ ਆ ਗਈ, ਬੰਦੇ ਦੀ ਹਾਇ ਨਿਕਲ ਗਈ ਹੈ ਜਿਹਨੂੰ ਸਮਝ ਆਈ ਹੈ ਵੀ ਤ੍ਰੈ ਬੀਬੀਆਂ ਜ਼ਮਾਨੇ 'ਤੇ ਇਹੋ ਜਿਹੀਆਂ ਗੁਜ਼ਰੀਆਂ ਜਿਨ੍ਹਾਂ ਨੇ ਸ਼ਾਦੀ ਤੋਂ ਬਾਅਦ ਮਾਂ ਨਹੀਂ ਮਿਲ ਸਕੀ। ਅਗਰ ਸਮਝ ਆ ਗਈ ਤਾਂ ਇਤਨੇ ਕਾਫੀ ਹੈ। ਫਿਰ ਸੁਣ ਕੇ ਆਖੇ ਇਹਨੂੰ ਮਾਂ ਨਹੀਂ ਮਿਲ ਸਕੀ, ਪੁੱਛੋ ਕੌਣ ਕੌਣ ਬੀਬੀਆਂ। ਪਹਿਲੀ ਮਲਿਕਤੁਲ ਅਰਬ ਉਮਲ ਮੋਮਿਨੀਨ ਬੀਬੀ ਖਦੀਜਤੁਲ ਕੁਬਰਾ, ਇਹ ਪਹਿਲੀ ਮਾਂ ਹੈ ਬਤੂਲ ਦੀ ਜਿਹਨੂੰ ਸ਼ਾਦੀ ਤੋਂ ਬਾਅਦ ਆਪਣੀ ਮਾਂ ਨਹੀਂ ਮਿਲ ਸਕੀ। ਮਾਂ ਪਹਿਲੇ ਟੁਰ ਗਈ ਆਈ ਤੇ ਵੱਧ ਸ਼ਾਦੀ ਹੋਈ। ਦੂਈ ਬੀਬੀ ਗੁਜ਼ਰੀ ਹੈ ਜਿਹਨੂੰ ਸ਼ਾਦੀ ਤੋਂ ਬਾਅਦ ਮਾਂ ਨਹੀਂ ਮਿਲ ਸਕੀ, ਉਹ ਅਲੀ ਮੌਲਾ ਦਾ ਪਾਕ ਹਰਾਮੇ ਬੀਬੀ ਖਦੀਜਤੁਲ ਕੁਬਰਾ ਸਲਵਾਤੁਲਾ ਅਲੈਹਾ ਦੀ ਸਲਵਾਤ ਅਲੀ ਦੀ ਬਤੂਲ, ਜਿਹਨੂੰ ਸ਼ਾਦੀ ਤੋਂ ਬਾਅਦ ਮਾਂ ਨਹੀਂ ਮਿਲੀ। ਤੂੰ ਸੁਣ ਲਿਆ ਵੱਧ। ਤੀਸਰੀ ਬੀਬੀ ਜ਼ਮਾਨੇ 'ਤੇ ਗੁਜ਼ਰੀ ਹੈ ਜਿਹਨੂੰ ਜਿਹਦੀ ਕਬਰ ਅੱਜ ਵੀ ਸ਼ਾਮ ਹੈ, ਜਿਹਨੂੰ ਸ਼ਾਦੀ ਅਤੇ ਮਾਂ ਨਹੀਂ ਮਿਲ ਸਕੀ। ਉਹਦੀ ਕਬਰ ਕਿੱਥੇ? ਸ਼ਾਮ। ਜਿਹੜੀ ਇਸ ਬੀਬੀ ਦੀ ਡੋਲੀ ਆਲੀ ਹੁਸੈਨ ਦੀ ਜਾਫਰ ਤਿਆਰ ਦੀ ਹਵੇਲੀ 'ਚ ਆਈ ਨਾ, ਅਤੇ ਤੀਸਰੇ ਦਿਨ ਅਮੀਰ ਅਲ ਮੋਮਿਨੀਨ ਵਿਹੜੇ 'ਚ ਰੋਂਦੇ ਵਜੇ ਸੈਯਦਾ ਫਿਜ਼ਾ ਪੁੱਛਿਆ, ਮੇਰਾ ਆਕਾ ਮੌਲਾ, ਮੇਰੀ ਸੈਯਦਾ ਪੁੱਛਿਆ, ਯਾ ਅਲੀ ਅੱਜ ਕੋਈ ਤ੍ਰੈ ਜਮਾਤ ਦੀ ਆਸਾਨੀ ਹੈ? ਰੋਂਦੇ ਵਧੇ ਉਹ ਫਰਮਾਇਆ, ਅੱਜ ਕੋਈ ਛੋਟਾ ਦਿਨ ਹੈ, ਅੱਜ ਮੈਨੂੰ ਬਤੂਲ ਯਾਦ ਆਈਏ, ਜੀਂਦੀ ਹੋਵੇ ਆ ਤੇ ਮੇਰੀ ਆਲੀਆ ਨੂੰ ਮਿਲ ਆਵੇ ਆ, ਜਿਹੜੀ ਨਹੀਂ ਮਿਲੀ ਨਾ ਜੀਂਦੀ ਜੋ ਨਹੀਂ। ਤਾਂ ਸੈਯਦਾ ਫਿਜ਼ਾ ਆਖਿਆ, ਆਕਾ ਜੇ ਮੈਨੂੰ ਆਖੋ ਤਾਂ ਮੇਰੀ ਸੈਯਦਾ ਫਿਜ਼ਾ ਆਖੋ ਤਾਂ ਮੈਂ ਬਤੂਲ ਦੀ ਜਾ ਤੇ ਤੇਰੀ ਆਲੀਆ ਨੂੰ ਮਿਲਾਂ। ਯਾਰ ਜਿਹੜੀ ਤਵੱਜੋ ਹੋ ਗਈ ਹੈ, ਮੈਂ ਇਹ ਸ਼ੁਰੂ ਕਰ ਦਿੱਤਾ ਮਸਾਇਬ ਟੁਰਨ ਲੱਗੀ ਤੇ ਵਿੱਚੋਂ ਦਾਮਨ ਨੂੰ ਛਿੱਕੀ ਆਈ ਬੀਬੀ, ਮੁੜ ਕੇ ਡਿੱਠਾ ਤੋ ਹੁਸੈਨ, ਅੰਮਾ ਜੇ ਮੇਰੇ ਭੈਣ ਦੇ ਵਿਹੜੇ ਵਹਿੰਦੀ ਪਈ ਨੇ ਤਾਂ ਬੂਆ ਬੰਦ ਨਾ ਕਰੇ। ਮੈਂ ਬੂਹੇ 'ਚ ਖਲੋਤਾ ਮੈਂ ਤਾਂ ਬੂਹੇ 'ਚੋਂ ਵੇਖੇ ਜਾ, ਮੈਂ ਭੈਣ ਨੂੰ ਵੇਖ ਲਈ ਸਾਂ। ਬੀਬੀ ਅਦੀ ਮੈਂ ਜਿਹੜੇ ਅੰਦਰ ਵਿਹੜੇ 'ਚ ਆਈਆਂ ਨਾ, ਬੂਹੇ 'ਤੇ ਦਸਤਕ ਦਿੱਤੀ ਨਾ ਅਤੇ ਅੰਦਰੋਂ ਆਵਾਜ਼ ਆਈ, ਅੰਮਾ ਫਿਜ਼ਾ ਲੱਗਿਆ। ਕੀ ਆਵਾਜ਼ ਆਈ? ਇਹ ਲੰਘਿਆ ਬੂ ਅੱਲਾਹ ਦੇ ਅੰਦਰ ਦਾਖਲ ਹੋਈ, ਆਦੀ ਹਾਂ ਸੈਣ ਕਹਿ ਦੱਸਿਆ ਈ ਮੈਂ ਫਿਜ਼ਾ। ਬੀਬੀ ਆਦੀ ਅੰਮਾ ਮੈਨੂੰ ਪਤਾ ਨਹੀਂ, ਮੇਰੀ ਮਾਂ ਦੁਨੀਆ 'ਤੇ ਕਈ ਨਹੀਂ,
ਮੈਂ ਅੱਗੇ ਰੋਂਦੀ ਪਈ ਹਾਂ ਜੋ ਅੱਜ ਲੰਮੇ ਨਹੀਂ ਪੇਕੇ ਚੁ ਕੋਈ ਨਹੀਂ ਆਇਆ ਤੇ ਮਿਲਣ ਤਾਂ ਮੈਂ ਨਾ ਐਡੀ ਦੂਰ ਹੀ ਤੱਕਾਈ ਨਹੀਂ ਮੈਂ ਤੇ ਘਰ ਦੇ ਵਿੱਚ ਹਾਂ ਬੀਬੀ ਫਿਜ਼ਾ ਆਈਏ ਹਾਂ ਸੈਣ ਬੀਬੀ ਦੀ ਆ ਨਾ ਅੰਮਾ ਮੇਰੇ ਸਾਹਮਣੇ ਮੁਸੱਲੇ ਤੇ ਬਹੁ ਤੇ ਬੰਦੇ ਦੇ ਰੋਵਣ ਤੇ ਦਿਲ ਹੋਵੇ ਤਾਂ ਜ਼ਰੂਰੀ ਨਹੀਂ ਵੀ ਬੰਦਾ ਦੋ ਦੋ ਘੰਟੇ ਪੜੇ ਤਾਂ ਤੈਨੂੰ ਹੰਝ ਆਵੇ ਰੋਵਣ ਕਰਨ ਤਾਂ ਸੱਤਰ ਹੀ ਕਾਫੀ ਅੰਮਾ ਆ ਨਾ ਮੁਸੱਲੇ ਤੇ ਹੀ ਅੰਮਾਣ ਲੱਗੀ ਹੈ ਹੱਥ ਲਾਇਆ ਸਾਨੂੰ ਤਾਂ ਹੱਥ ਪੂਰਾ ਪਾਣੀ ਨਾਲ ਤਰ ਹੋ ਗਿਆ ਉਸ ਲਿਆ ਦੀ ਅੱਜ ਪਤਾ ਲੱਗਿਆ ਮੈਨੂੰ ਮਾਂ ਨਹੀਂ ਸਮਝਿਆ ਦਾਈ ਸਮਝੇ ਅੰਮਾ ਕਿਵੇਂ ਬੀਬੀਆਂ ਦੀ ਇਤਨੀ ਜੋ ਰੁੰਨੀ ਹੈ ਮੁਸੱਲਾ ਪਾਣੀ ਨਾਲ ਤਰ ਹੋ ਗਿਆ ਮੈਨੂੰ ਦੱਸੈਂਦੀ ਨਹੀਂ ਕਿਉਂ ਰੋਣੀ ਹੈ ਆਦੀ ਅੰਮਾ ਤੈਨੂੰ ਦੱਸਾਂ ਨਾ ਤਾਂ ਤੂੰ ਕਬਰ ਤਾਈਂ ਰੋਸੇ ਸੈਣ ਦੱਸ ਆਦੀ ਅੰਮਾ ਵੱਧ ਸੁਣ ਪੂਰੀ ਜ਼ਿੰਦਗੀ 'ਚ ਪਹਿਲਾ ਮੌਕਾ ਹੈ ਹੁਸੈਨ ਹੀ ਮਦੀਨੇ ਯਾਰ ਸੁਣ ਤਾਂ ਲੈ ਨਾ ਮੈਂ ਕਹਿ ਲਾ ਬਾਈ ਤੂੰ ਰੋਵੇਂ ਨਹੀਂ ਭਾਵੇਂ ਮੇਰਾ ਜੁਮਲਾ ਲੈ ਤਾਂ ਲੈ ਤੇਰੀ ਪੂਰੀ ਜ਼ਿੰਦਗੀ 'ਚ ਪਹਿਲਾ ਮੌਕਾ ਹੈ ਮਦੀਨੇ ਹੁਸੈਨ ਹੀ ਮਦੀਨੇ ਮੈਂ ਆਲੀਆ ਹੀ ਮਦੀਨੇ ਆ ਪੂਰੀ ਜ਼ਿੰਦਗੀ 'ਚ ਪਹਿਲਾ ਮੌਕਾ ਹੈ ਅੱਜ ਤਰਾਏ ਦੇ ਮੁੱਕ ਗਏ ਮੈਂ ਹੁਸੈਨ ਡਿੱਠਾ ਲੈ ਇਸ ਗੱਲ ਨੂੰ ਜਿਹੜੇ ਦਿਹਾੜੇ ਜੀਂਦੀ ਰਹੀ ਹੈ ਫਿਜ਼ਾ ਦੀ ਆਈ ਨਾ ਰਹਿ ਸਕਦੀ ਕਿਵੇਂ ਮਰੀਂਦਾ ਡਿੱਠਾ ਯਾਰ ਕਿਵੇਂ ਨੇਜ਼ੇ ਤੇ ਫਿਰਾ ਦੱਸ ਅੱਛਾ ਬੀਬੀਆਂ ਗੁਜ਼ਰੀਆਂ ਸਨ ਪਹਿਲੀ ਬੀਬੀ ਬਤੂਲ ਦੁਨੀਆਂ ਤੋਂ ਜਲੇ ਆਈ ਹੈ ਨਾ ਬੀਬੀ ਤਵਜੋ ਦੀ ਦਾ ਮੂੰਹ ਵੇਖ ਕੇ ਰਸੂਲ ਰੁਣੇ ਠੀਕ ਹੈ ਮਗਰ ਜਿਲੇ ਆਲੀਆ ਸੈਣ ਦੁਨੀਆਂ 'ਤੇ ਆਈਏ ਨਾ ਰਸੂਲ ਆਏ ਅਤੇ ਆਉਂਦਿਆਂ ਹੀ ਫਰਮਾਇਆ ਮੇਰੀ ਬਤੂਲ ਹਾਂ ਬਾਬਾ ਫਰਮਾਇਆ ਮੂੰਹ ਤੂੰ ਹਟਾ ਨਾ ਕੱਪੜਾ ਯਾ ਕੱਪੜਾ ਲੱਥਾ ਤੇ ਮੂੰਹ ਵੇਖ ਕੇ ਅਦਨੇ ਤਾਂ ਮੇਰੀ ਖਦੀਜਾ ਹੈ ਇਹ ਹੱਥ 'ਚ ਕੀ ਸਬਬ ਰੇਸ਼ਮੀ ਡੋਰੀਆਂ ਬੱਚਾ ਡਰਦਾ ਨਹੀਂ ਫਰਮਾਇਆ ਦੇ ਹੱਥ ਖੋਲ ਜਾ ਬਾਬਾ ਕੀ ਹੋਇਆ ਫਰਮਾਇਆ ਮੈਨੂੰ ਕੋਈ ਰੁੱਤ ਯਾਦ ਆਈ ਹੈ ਇਹਦੇ ਰੁੱਤ ਹੱਥ ਇਹਨੂੰ ਔਖਾ ਕਰੇ ਕੋਈ ਨਹੀਂ ਸੁਣ ਲਈ ਕੋਈ ਗੱਲ ਵੱਖਰੀ ਸੁਣ ਲਈ ਕਰ ਵੱਖਰੀ ਸੁਣ ਲਈ ਕਰ ਅੱਛਾ ਜੀ ਇਹ ਨਹੀਂ ਰੋਵਣਾ ਤਾਂ ਅਗਲੀ ਸੱਤਰ ਹੀ ਆਉਣਾ ਚਾਹੇ ਇੱਕ ਬੱਚੀ ਹੋਰ ਦੁਨੀਆਂ 'ਤੇ ਸਹੀਦਾਂ ਦੇ ਘਰ ਆਈ ਕਬਰ ਉਹਦੀ ਵੀ ਸ਼ਾਮ ਹੈ ਇੱਕੋ ਤਾਂ ਨਹੀਂ ਲੱਗੀ ਹੋਈ ਇੱਕੋ ਬਣ ਠੀਕ ਹੈ ਉਹਦੀ ਕਬਰ ਵੀ ਸ਼ਾਮ ਹੈ ਹਾਏ ਜਿਹੜੇ ਉਹ ਆਈ ਨਾ ਅਤੇ ਅਲੀ ਅਸਗਰ ਦੀ ਮਾਂ ਨੇ ਇਸ ਧੀ ਦੇ ਹੱਥ ਬਣਾਏ ਹੱਥ ਨਹੀਂ ਬੱਧੇ ਖੁੱਲ੍ਹੇ ਰਣ ਦਿੱਤੇ ਅਤੇ ਇਮਾਮ ਆ ਗਏ ਫਰਮਾਇਆ ਰੋਂਦੀ ਜੀ ਇਹ ਚੁੱਪ ਨਹੀਂ ਕਰੇ ਦੀ ਇਹਦੇ ਡੋਰੀਆਂ ਪਵਾਇਆ ਅਦੀ ਮੌਲਾ ਕਿਸ ਵਾਸਤੇ ਪਵਾਵਾਂ ਮੈਂ ਤਾਂ ਸੁਣਿਆ ਆਈ ਤੇਰੀ ਭੈਣ ਦੀਆਂ ਡੋਰੀਆਂ ਹੱਥਾਂ ਲੀਆਂ ਰਸੂਲ ਲਹਾਈਆਂ ਫਰਮਾਇਆ ਉਹਦੇ 'ਤੇ ਮੇਰੀ ਧੀ ਦੇ ਮੁਕੱਦਰ 'ਚ ਫਰਕ ਹੈ ਮੇਰੀ ਭੈਣ ਪਾਵਣੀਆਂ ਤਾਂ ਉਹਦੀਆਂ ਲੈ ਵੱਜਣੀਆਂ ਮੈਨੂੰ ਪਾਵਣ ਦਾ ਆਦੀ ਬਣਾ ਚਾ ਮਤਲਬ ਪਾਵਣ ਤੋਂ ਬਾਅਦ ਇਹਦੀਆਂ ਮਾਸ਼ਰ ਤਾਈਂ ਕੋਈ ਨਾ ਲਹਾਵੇ ਵਾਹ ਵਾਹ ਸਹੀਦਾਂ ਦੀ ਹਵੇਲੀ 'ਚ ਮੇਰੀ ਸੈਨ ਆਲੀਆ ਦੇ ਆਵਣ ਤੋਂ ਬਾਅਦ ਇਲਮੀ ਬਹਾਸਾਂ ਬੜੀਆਂ ਕੁੱਤਾਂ ਵਿੱਚ ਲਿਖੀਆਂ ਹੋਈਆਂ ਮੈਂਬਰ 'ਚ ਕੋਈ ਨਹੀਂ ਸਿੱਪੜਦੇ ਦੁਨੀਆ 'ਤੇ ਮਖਲੂਕ 'ਚ ਜੇ ਅਗਰ ਕੋਈ ਬੰਦਾ ਅਲੀ ਹੋਵੇ ਉਹਦੀ ਜ਼ੀਨਤ ਹੋਵਣ ਕਾਣ ਕੇ ਹੋਵਣਾ ਪਵੇ ਉਹ ਕਿਹੜੀ ਸ਼ਾਨ ਦੀ ਮਾਲਕ ਉਹ ਸੀ
ਜਿਹੜੀ ਅਲੀ ਜੈ ਇਮਾਮ ਦੀ ਜ਼ੀਨਤ ਹੈ। ਅਜਾ ਬਚਪਨਾ ਹੀ ਤੁਰਨ ਦੀ ਹਾਈ ਤੇ ਮੌਲਾ ਅਲੀ ਆ ਗਏ ਤੇ ਫਰਮਾਇਆ ਹਸਨੈਨ ਦੀ ਮਾਂ ਆਕਾ ਹੁਕਮ ਇਹਤਰਾਮ ਚੁੱਟੇ ਫਰਮਾਇਆ ਮੇਰੇ ਸਾਹਮਣੇ ਮੇਰੀ ਆਲੀ ਨੂੰ ਟੁਰਾ ਤਾਂ ਸਹੀ, ਮੈਂ ਵੇਖਾਂ ਮੇਰੀ ਟੁਰਦੀ ਕਿਵੇਂ। ਹੁਣ ਇੱਥੇ ਦੋਵੇਂ ਰੋਂਦੇ ਬੈਠੇ ਨੇ, ਬਤੂਲ ਹੀ ਅਲੀ ਵੀ, ਬਤੂਲ ਨੇ ਛੋੜਿਆ ਟੁਰਨ ਵਾਸਤੇ ਤੇ ਪਿਓ ਅੱਗਾਂ ਹੱਥ ਕਰਕੇ ਚਾ ਲਿਆ। ਇਤਨੇ ਰੋਂਦੇ ਨੇ, ਇੱਕ ਬੈਨ ਵਾਦੇ ਨੇ ਇਹਦੀ ਆਪਣੀ ਕਿਸਮਤ, ਅਸਾਂ ਤਾਂ ਟੁਰਨ ਦਾ ਵੱਲ ਸਿੱਖਣੇ ਆ, ਇਸ ਕੋਈ ਨਹੀਂ ਟੁਰਨ ਦਾ ਸਿੱਖਣਾ ਹੈ। ਜਿਹੜੇ ਬਾਜ਼ਾਰਾਂ 'ਚ ਟੁਰਸੀ ਵੱਤ ਮਿੱਟੀਆਂ ਤੇ ਬਾਏ ਬਾਏ ਕੇ ਆਖਸੀ, ਅੱਬਾਸ ਤੇਰੀ ਚੁੱਪ। ਮੈਂ ਜਿਹੜੇ ਬੰਦੇ ਆਦੇ ਨਾ ਬਤੂਲ ਦੀ ਧੀ ਨੂੰ ਪੜ੍ਹੋ, ਮੈਂ ਸੋਚੇ ਨਾ ਕਿਹਨੂੰ ਸਮਝਾਈਏ, ਸ਼ਹਾਦਤ ਪੜ੍ਹਨੀ ਚਾਹੀਦੀ ਹੈ ਬਤੂਲ ਦੀ ਧੀ ਦੀ। ਇਹ ਜੋ ਹਰ ਮਜ਼ਮੂਨ ਨਾਲ ਪੜ੍ਹੀਂਦੀ ਹੈ ਐਡੀ ਮਜ਼ਲੂਮ ਹੈ। ਹਾਏ ਹਾਏ, ਸਹੀ ਕਿ ਗੱਲ ਨੂੰ ਸੋਚੀ ਰੱਖੇ, ਬਤੂਲ ਦੀ ਉਹ ਧੀ ਹੈ ਨਾ ਆਲੀਆ ਸ਼ਾਮ ਅਲੀ, ਜਿਹੜੀ ਹਰ ਮਜ਼ਮੂਨ ਨਾਲ ਪੜ੍ਹੀਂਦੀ ਹੈ। ਅਲੀ ਨੂੰ ਪੜ੍ਹੋ ਤਾਂ ਪੜ੍ਹੀਂਦੀ ਹੈ, ਬਤੂਲ ਨੂੰ ਪੜ੍ਹੋ ਤਾਂ ਪੜ੍ਹੀਂਦੀ ਹੈ, ਹਸਨ ਅਮੀਰ ਨੂੰ ਪੜ੍ਹੋ ਤਾਂ ਪੜ੍ਹੀਂਦੀ ਹੈ, ਪਿਓ ਅਲੀ ਇਹਦੇ ਨੂੰ ਪੜ੍ਹੋ ਤਾਂ ਪੜ੍ਹੀਂਦੀ ਹੈ, ਕਰਬਲਾ ਦੇ 72 ਸ਼ਹੀਦ ਨੂੰ ਪੜ੍ਹੋ ਨਾਲ ਪੜ੍ਹੀਂਦੀ ਹੈ, ਤਿਆਰੀ ਪੜ੍ਹੋ ਤਾਂ ਆਲੀਆ ਪੜ੍ਹੀਂਦੀ ਹੈ, ਕਰਬਲਾ ਪੜ੍ਹੋ ਤਾਂ ਆਲੀਆ ਪੜ੍ਹੀਂਦੀ ਹੈ, ਬਾਜ਼ਾਰ ਪੜ੍ਹੋ ਤਾਂ ਆਲੀਆ ਪੜ੍ਹੀਂਦੀ ਹੈ, ਸ਼ਾਮ ਪੜ੍ਹੋ ਤਾਂ ਆਲੀਆ ਪੜ੍ਹੀਂਦੀ ਹੈ, ਦੀਨ ਪੜ੍ਹੋ ਤਾਂ ਆਲੀਆ ਪੜ੍ਹੀਂਦੀ ਹੈ, ਹੁਸੈਨ ਪੜ੍ਹੋ ਤਾਂ ਆਲੀਆ ਪੜ੍ਹੀਂਦੀ ਹੈ, ਕੈਦ ਪੜ੍ਹੋ ਤਾਂ ਆਲੀਆ ਪੜ੍ਹੀਂਦੀ ਹੈ, ਰਿਹਾਈ ਪੜ੍ਹੋ ਤਾਂ। ਵਤ ਹਰ ਕੇ ਨਾਲ ਪੜ੍ਹੀ ਵਣ ਤੋਂ ਬਾਅਦ ਜਿਹੜੇ ਕੋਈ ਮੋਮਿਨ ਆਦਾ ਨਾ, ਹੁਣ ਆਲੀਆ ਪੜ੍ਹੋ। ਵਾਹ ਬਾਈ ਵਾਹ, ਘਰ ਸਹੀ ਸੁਚੇਂਦਾ ਵਨੇ, ਉਹ ਕਿਤਨਾ ਬੜਾ ਮਜ਼ਮੂਨ ਹੈ ਆਲੀਆ, ਜਿੱਥੇ ਹਰ ਜ਼ਖਮੀ ਦਾ ਜ਼ਖਮ ਹੀ ਉਠਾਈਏ। ਹਾਏ ਸੰਬੰਧ ਬਣ ਆਲਿਆ, ਕੌਣ ਤੇਰੇ ਇਸ ਲਫ਼ਜ਼ ਦੀ ਇੱਜ਼ਤ ਦੀ ਕਦਰ ਸਮਝੇ, ਜਈਂਦਾ ਜ਼ਖਮ ਪੜਸੇ ਉਹ ਆਲੀਆ ਦੀ ਝੋਲੀ ਚ ਲਬਸੀ, ਜਈਂਦਾ ਤੀਰ ਪੜਸੇ ਬਤੂਲ ਦੀ ਧੀ ਦੀ ਝੋਲੀ ਚ ਲਬਸੀ, ਜਈਂਦੀ ਤਲਵਾਰ ਪੜਸੇ ਉਹ ਆਲੀਆ ਦੀ ਝੋਲੀ ਚ ਲਬਸੀ, ਕਹਿੰਦਾ ਖੂਨ ਪੜਸੇ ਆਲੀਆ ਦੀ ਝੋਲੀ ਚੋ ਸੀ, ਤੈਨੂੰ ਕਾਸਿਮ ਦੇ ਟੁਕੜੇ ਆਲੀਆ ਦੀ ਝੋਲੀ ਚ ਲਬਸਨ, ਤੈਨੂੰ ਅਲੀ ਅਕਬਰ ਦੀ ਬਰਛੀ ਆਲੀਆ ਦੀ ਝੋਲੀ ਚ ਲਬਸੀ।